Ammi ji, what are you doing? I'm going to masala. What are you doing? I'm going to masala. What are you doing? I'm going to masala. What are Assalamualaikum, मैं वजह मीन हमजा सिद्धू उड़ी फ्रेश हो गया मैं तैयार कड़ा गड्डी अपनी बीमार अम्मी नु लिया के दईए सौदा ताकि जेन अम्मी होरी जल्दी करन देसी चार तैयार डक्स जेड़ियां ने एंजॉय करंदियां ने अपने स्विमिंग पूल जे नहीं इना दे स्विमिंग पूल दा पानी जे ना चेंज कर देने मतलब ताजा दे विच लोड़ देने बतख दी धड़कन दे ली चेक करो किन्नी तेज हो गई जे धक धक करे ने लगा ओ मोड़ा जियाड़ा डरने लगा लेट्स गो तुसी वेख लो ओ डाया जी की हाल है आओ गालियां ने रातां रातां जी है नेरा ਮੇੜਿਆਂ ਚ ਗੱਡੀ ਤੇ ਗੱਡੀ ਤਿਆਰ ਤੇਰਾ ਬਿਲੋ ਡੱਜ ਵਾਲਾ ਰੂਬੇ ਬਾਜੀ ਦੇ ਸਲੂਟ ਕਾਲੀ ਜਿੰਨੇ ਦੇਖੀ ਕੀ ਕਰਨਾ ਸਵੇਰਾ ਬਿਲੋ ਆ ਸਾਹਮਣੇ ਚੌੜੀ ਅੰਬ ਵੇਚਣ ਦੇ ਨੇ ਪੁੱਛਣੇ ਕੀ ਰੇਟ ਇਹਨਾਂ ਦਾ ਭਲਾ ਅਸਲਾਮ ਅਲੈਕੁਮ ਕਿੰਨੇ ਰੁਪਏ ਦਾ ਰੀਜ ਹੈ 100 ਰੁਪਏ ਕਿਲੋ ਵਾਹ ਜਿੰਨੇ ਦਾ ਤੁਹਾਂ ਲਿਆਉਂਦਾ ਉਹਨੇ 250 ਰਿਆ ਨਾ ਹਾਂ ਸੋ ਹੋ ਗਿਆ ਇਹ ਸਾਡੇ ਵਾਲਾ ਵੀ ਪਿਆ ਵਿੱਚ ਹੀ ਹੈ ਨਹੀਂ ਮੈਨੂੰ ਲੱਗ ਗਿਆ ਪਤਾ ਸਾਡੇ ਕੋਲ ਜੇ ਨਾ 250 ਰੁਪਏ ਧਰੀ 250 ਰੁਪਏ ਧਰੀ ਗਿਆ ਨਾ ਲਿਆ ਸੀ ਇਹਨਾਂ ਮਤਲਬ ਝਾੜੀ ਅੰਬ ਹੁਣ ਜਾ ਵੀ ਜੇ 100 ਰੁਪਏ ਕਿਲੋ ਵੇਚਣ ਮਤਲਬ 500 ਰੁਪਏ ਧਰੀ ਅਸਲਾਮ ਅਲੈਕੁਮ ਕਾੜੀ ਸਾਹਿਬ ਜੀ ਕੀ ਹਾਲ ਹੈ ਫਿੱਟ ਫਾਟ ਨਹੀਂ ਫਿੱਟ ਫਾਟ ਕੋਈ ਨਹੀਂ ਗਰਮੀ ਦਵਾਈ ਸ਼ਵਾਈ ਲਓ ਜਾ ਕੇ ਹੁਣ ਹੋ ਜਾਂਦੇ ਪਏ ਹੁਣ ਸੁਭਾਸ਼ ਜੀ ਨੂੰ ਦੁਆਵਾਂ ਦੇ ਡੇ ਦੇ ਆ ਅੱਛਾ ਜੀ ਹਾਂ ਹਾਂ ਉਹ ਭਾਜ ਜਾਨੀ ਸਾਹਿਬ ਕੀ ਹਾਲ ਏ ਵਧੀਆ ਜਨਾਬ ਕਿੱਧਰ ਪਹੁੰਚਦੇ ਹੋ ਇਹ ਸੋਦਾ ਲੈਣ ਆਏ ਜੇ ਸਿੱਕਾ ਰਹਿਣ ਦੋ ਮੈਂ ਆਹੀ ਲੈਣੇ ਪੈਸੇ ਰਹਿਣ ਦੋ ਕਿਉਂ ਉਹ ਛੱਡੋ ਪਰਾਂ ਅੱਛਾ ਜੀ ਹਾਂ ਜੀ ਉਹ ਫ੍ਰੀ ਸੋਦਾ ਕਰੋ ਮੇਰੇ ਵੱਲੋਂ ਅੰਮੀ ਜੀ ਹੋਣਾ ਜਿਹੜਾ ਇੰਨੀਆਂ ਚੀਜ਼ਾਂ ਦੱਸ ਦਿੱਤੀਆਂ ਮੈਨੂੰ ਯਾਦ ਨਹੀਂ ਰਹਿਣੀਆਂ ਇਸ ਵਾਸਤੇ ਮੈਂ ਪਰਚੀ ਤੇ ਲਹਾਕ ਲੈਂਦੀਆਂ ਆ ਕਾਜੀ ਸਾਹਿਬ ਜਲਦੀ ਕਢਾਓ ਸੌਦਾ ਜੀ ਹੈ ਨਾ ਸਾੜਿਆਂ ਦਾ ਮਸਾਲੇ ਮਸੂਲੇ ਜਿਹੜੀ ਚੀਜ਼ ਚਾਹੀਦੀ ਸੀ ਹੁਣ ਘਰ ਗਿਆ ਨਾ ਕੋਈ ਚੀਜ਼ ਜ਼ਰੂਰ ਆ ਗਈ ਹੋਣੀ ਹੈ ਅਮੀਰਾਂ ਨੂੰ ਜਿਹੜੀ ਯਾਦ ਨਹੀਂ ਆਈ ਹੋਣੀ ਇੱਥੇ ਜੀ ਹੈ ਨਾ ਚਾਚਾ ਜੀ ਹੁਣ ਸਾਡੇ ਪਿੰਡ ਦਿਆਂ ਨੇ ਵੱਛਾ ਵੇਚਿਆ ਪੁੱਛਣਾ ਕਿੰਨੇ ਕੁ ਦਾ ਵੇਚਿਆ ਇਹੋ ਜਿਹੇ ਵੱਛਾ ਮਾਸ਼ਾਅੱਲਾ ਇੰਨੀ ਜਲਦੀ ਨਹੀਂ ਚੜਦਾ ਲੈ ਭਾਈ ਚਾਚਾ ਜੀ ਹੋ ਜਾਣ ਟ੍ਰੇਨ ਆਦਮੀ ਨੇ ਤੂੰ ਕਿਹੜੀ ਦਿਆ ਕਿਹੜੇ ਪਿੰਡ ਆਏ ਭਲਾ ਨਡਿਆਲ ਤੂੰ ਉਹ ਕਿੱਦਾਂ ਲੈ ਪਤਾ ਹਾਂਜੀ ਬਾਰਡਰ ਦੇ ਨਾਲ ਤਾਂ ਨਹੀਂ ਪਤਾ ਹਾਂਜੀ ਅੱਛਾ ਠੀਕ ਹੋ ਗਿਆ ਕਿੰਗੜਿਆਂ ਤੋਂ ਅੱਗੇ ਪਰਾਂ ਨੂੰ ਠੀਕ ਹੋ ਗਿਆ ਕਿੰਨੇ ਦਾ ਭਲਾ ਖਰੀਦਿਆ ਜੀ ਇੱਕ 35 ਦਾ 25 ਦਾ ਠੀਕ ਹੋ ਗਿਆ 1,25,000 ਦਾ ਜਿਹੜਾ ਨਾ ਇਹ ਬੱਚਾ ਖਰੀਦਿਆ ਤੇ ਚਾਚਾ ਜੀ ਹੁਣਾਂ ਵੇਚਿਆ ਹੁਣ ਤਾਂ ਲੈ ਲਏ ਜੇ ਨਾ ਲੱਖ ਧੂਤੇ ਦੇ ਨੇ ਤੇ ਬੱਚਿਆਂ ਦੀ ਕੀਮਤ ਜਿਹੜਾ ਨਾ ਉਂਝ ਬੜੀ ਹੋਣੀ ਹੈ ਤੇ ਆ ਜਿਹਾ ਜ਼ਰਾ ਬਾਲਾ ਕੋਈ ਲੱਭਣਾ ਨਹੀਂ ਪਤਾ ਦੋ ਪੈਸੇ ਤੇ ਹੁਣ ਮੈਂ ਵੀਡੀਓ ਬਣਾਈ ਹੈ ਬੱਚਾ ਨੀ ਤੁਸੀਂ ਵੇਚਿਆ ਆਹੋ ਇਹ ਤਾਂ ਗੱਲ ਹੈ ਹਾਂਜੀ ਚਾਚੇ ਦਾ ਸ਼ੁਕਰ ਲੱਗਾ ਨਾ ਲੱਦ ਲਿਆ ਤੇ ਹੁਣ ਫਿਰ ਜਿਹਾ ਲਾਈ ਜਾਂਦੇ ਨੇ ਮੈਂ ਵੀ ਚੱਲਾਂ ਘਰ ਨੂੰ ਕਿਉਂਕਿ ਗਰਮੀ ਬੜੀ ਹੈ ਇੱਥੇ ਆਪਣਾ ਸੌਦਾ ਇੱਥੇ ਰੱਖ ਕੇ ਗਿਆ ਹਾਂ ਤੁਹਾਨੂੰ ਵੱਛਾ ਵਾਹਣ ਵਾਸਤੇ ਅਤੇ ਇਹਨੂੰ ਰੱਖੀਏ ਗੱਡੀ 'ਚ ਅਤੇ ਚੱਲੀਏ ਘਰ ਨੂੰ ਇਨਸ਼ਾਅੱਲਾ ਹਾਲ ਚੈੱਕ ਕਰੋ ਮੇਰੀ
ਹਜੇ ਹੁਣ ਜੇ ਨਾ ਕੱਪੜੇ ਚੇਂਜ ਕਰਕੇ ਗਿਆ ਹਜੇ ਮੈਂ ਬਾਰ ਬਾਰ ਕੱਪੜੇ ਚੇਂਜ ਕਰੀਏ ਤੇ ਘਰਦਿਆਂ ਕੋਲ ਵੀ ਟੀਂਡੀ ਬਾਬਾ ਕਰਾਈਏ ਹੈਲੋ ਜੀ ਬਾਈ ਅੰਮੀ ਹੋਰੀ ਤੇ ਅੰਬੀਆਂ ਟੁੱਕਣ ਵੀ ਲੱਗ ਪਏ ਮੈਂ ਵੀਡੀਓ ਬਣਾਉਣੀ ਸੀ ਹਾਂਜੀ ਅੱਛਾ ਤੁਸੀਂ ਆਪਣੀ ਬਣਾ ਲਈ ਹੈ ਵਾਹ ਬਾਈ ਵਾਹ ਫਰੈਂਡਲੀ ਘਰ ਬਣ ਗਈ ਹੈ ਕੱਚੀ ਲੱਸੀ ਉਹ ਜਿਹੜਾ ਹੁਣ ਪੀਣ ਡੇ ਆ ਅੱਬੂ ਜੀ ਹੋਣਾ ਪੀ ਲਈਏ ਕਲਿਆਂ ਕਲਿਆਂ ਮੈਨੂੰ ਸੂਲਾ ਵੀ ਨਹੀਂ ਮਾੜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਗਰਮੀ 'ਚ ਜਿਹੜਾ ਕੱਚੀ ਲੱਸੀ ਬਣਾ ਕੇ ਪੀਆ ਕਰੋ ਨਹੀਂ ਸਹੀ ਹੁੰਦੀ ਅੱਬੂ ਜੀ ਮੈਂ ਆਵਾਜ਼ ਕਟਾ ਸਕਦਾ ਨਾ ਹੁਣ ਜਾਨ ਭਾਈ ਨਗਰ ਵੀ ਆ ਗਿਆ ਜਿਹਦੇ ਨਾਂ ਦੀ ਹੋਏ ਉਹ ਨੀ ਕਟਾਉਂਦਾ ਤੂੰ ਤਾਂ ਆਪਣੇ ਨਾਂ ਤੋਂ ਦੇਣੀ ਆ ਠੀਕ ਹੋ ਗਿਆ ਚਾਚੇ ਪਿੰਡ ਨੂੰ ਚਾਚਾ ਪਿੰਡ ਵੀ ਕਟਾ ਸਕਦਾ ਹੈ ਚਾਚਾ ਪਿੰਡ ਨੂੰ ਤੂੰ ਨੀ ਕਟਾ ਸਕਦਾ ਵਾਲ ਦੇ ਕਟਾਉਣੇ ਯਾਰ ਮੂੰਹ ਮੈਂ ਐਡਾ ਸੋਹਣਾ ਲੱਗਣਾ ਪਿਆ ਤੁਹਾਨੂੰ ਵੇਖੋ ਮੇਰੇ ਵੱਲ ਸੋਹਣਾ ਲੱਗਣ ਡਿਆ ਨਾ ਮੈਂ ਲੂਣ ਆਂਦਾ ਗਰਮ ਹੁੰਦਾ ਬਹੁਤਾ ਲੂਣ ਨੀ ਖਾਣਾ ਹਾਂਜੀ ਤੇ ਲੂਣ ਪਾਇਆ ਲੱਸੀ ਚ ਚਾਚੂ ਹੋਣਾ ਮੈਂ ਸ਼ੁਗਰ ਮੇਲਾ ਲਾਉਣਾ ਤੇ ਤੁਸੀਂ ਕਮੈਂਟ ਕਰ ਦਿਓ ਚਾਚੂ ਨੂੰ ਤੂੰ ਸਤਾਨਾ ਚਾਚੂ ਨੂੰ ਸਤਾਉਂਦਾ ਨੀ ਬਸ ਘਰੇ ਸ਼ੁਗਰ ਮੇਲਾ ਹੀ ਲਾਉਣੇ ਹਸਾਨੇ ਆ ਬਸ ਇੰਝ ਹੱਸਦੇ ਨਹੀਂ ਹੋ ਚੱਕੋ ਜੀ ਹੋਰ ਵੀ ਨਹੀਂ ਹੋਈ ਤੇ ਹੋਰ ਪਈ ਆਵਾਜ਼ ਸੀ ਸੂਰਜ ਅਪਲੋਡ ਹੋ ਕੇ ਫੁੱਲ ਸਿਰ ਦੇ ਉੱਤੇ ਆ ਗਿਆ ਟਾਈਮ ਤਕਰੀਬਨ ਜਿਹਾ ਨਾ 2:15 ਦਾ ਹੋ ਗਿਆ ਬੂਹਣਾ ਤੋਂ ਮੈਂ ਪੁੱਛਿਆ ਆਵਾਜ਼ ਜਿਹੜਾ ਮੈਂ ਕਟਾ ਸਕਣਾ ਕਟਾ ਕੇ ਆਉਣਾ ਫਿਰ ਅਸਲਾਮ ਅਲੈਕੁਮ ਕੀ ਹਾਲ ਹੈ ਫਿਟ ਫਾਟ ਕੱਲ੍ਹ ਜਿਹੜੀ ਜੀ ਲੈਟ ਵਾਲ ਕਟਾਉਣ ਵਾਸਤੇ ਜੇ ਦੁਕਾਨੇ ਪਹੁੰਚੇ ਤੇ ਨਾਲ ਹੀ ਲੈਟ ਗੈਪ ਹੋ ਗਈ ਹੈ ਤੇ ਪਸੀਨੋ ਪਸੀਨੀ ਅਸੀਂ ਵਾਲ ਕਟਾਉਣ ਆਏ ਹਾਂ ਤੁਸੀਂ ਇੱਥੇ ਬਹਿ ਰਹੇ ਹੋ ਅੱਗੇ ਤੇ ਕੱਖ ਪਿਆ ਨਹੀਂ ਤੇ ਮੋਬਾਈਲ ਚਲਾਉਣ ਡੇ ਹੋ ਬਸ ਬਹਾਨਾ ਲਾ ਕੇ ਆਉਂਦਾ ਇੱਥੇ ਰੋਟੀ ਨਹੀਂ ਖਾਂਦਾ ਉਸਤਾਦ ਜੀ ਹੋਈ ਉੱਥੇ ਵਾਲ ਕੱਟਣ ਦੇ ਸ਼ਕੀਰ ਸਾਹਿਬ ਇੱਥੇ ਬੈਠੇ ਨੇ ਵਾਈ-ਫਾਈ ਹਾਂ ਆਓ ਜੀ ਜਵਾਨੋ ਵਾਲ ਕੱਟੋ ਕਿਦੋਂ ਦਾ ਹੋਇਆ ਭਲਾ ਘੰਟੇ ਦੀ ਰੋਟੀ ਨੀ ਖਾਧੀ ਗਈ ਹੈ ਪਿਛਲੇ ਜੀ ਵਿਆਹ ਤੇ ਗਿਆ ਉਦੋਂ ਖਤ ਕਰਾ ਗਿਆ ਹੈ ਇਹਦੇ ਕੋਲੇ ਇਹਨੇ ਜਾਣਾ ਸੀ ਮੇਲੇ ਤੇ ਜਲਦੀ ਜਲਦੀ ਕੱਟ ਕੇ ਤਾਂ ਨੱਸ ਗਿਆ ਸਹੀ ਮਤਲਬ ਨਹੀਂ ਕੀਤਾ ਹੁਣ ਮੈਂ ਤਦ ਬਾਅਦ ਇਹਨੂੰ ਫਿਰਨ ਗਿਆ ਹਾਂ ਤੇ ਰੋਟੀ ਖਾਣ ਦੇ ਮੈਂ ਚਲੋ ਰੋਟੀ ਖਾ ਕੇ ਫਿਰ ਆ ਫਿਰ ਮਿਲਨੇ ਆ ਤੈਨੂੰ ਲਓ ਜੀ ਅੱਜ ਜੀ ਹੈਨਾ ਬਾਹਰ ਬੈਗ ਕੱਟਣੇ ਨੇ ਚਲੋ ਜੀ ਅੱਜ ਬਾਹਰ ਬੈਗ ਵਾਹ ਕੇ ਵਾਲ ਕਟਾਉਣੇ ਆ ਵੇਖਣਗੇ ਲਾਈਕ ਵੀ ਕਰਨਗੇ ਕਿ ਬਾਈ ਲਾਈਕ ਕਰ ਦਿਓ ਭਾਈ ਹੋਰਾਂ ਜਲਦੀ ਜਲਦੀ ਦੁਬਾਰਾ ਨਾ ਕਢਾਣੇ ਪੈਣ ਸੀਮਟ ਦੇ ਟਰੱਕਾਂ ਦੇ ਟਰੱਕ ਆਉਂਦੇ ਨੇ ਸਾਨੂੰ ਕੋਈ ਦਿੰਦਾ ਹੀ ਨੀ ਸੀਮਟ ਚੁੱਕਦੇ ਜਿਹੜਾ ਜਿਹੜਾ ਕਵੇਂਦਾ ਪਿਆ ਕੋਈ ਪਾਕਿਸਤਾਨ ਦਾ ਕੋਈ ਸੋਚ ਸੋਚ ਹੀ ਛੱਡੇ ਪਾਕਿਸਤਾਨ ਨੂੰ ਘਬਰਾਉਣਾ ਸੋਚ ਰਿਹਾ ਉਹਨਾਂ ਕੀ ਸੋਚ ਰਿਹਾ ਪਾਣੀ ਮਾਰਨ ਵਾਲੀ ਇਹਨਾਂ ਦੀ ਇੱਥੇ ਰਹਿ ਗਈ
ठंडे हवा गर्मी है बड़ी बार तो भी ठंडे होना है। हेलो जी अपना पुहारा बाहर पिया गुस्सा तो नहीं किया कल के वेलो मैं इतों दी हाँ। चलो जी चलिए घर हूं क्योंकि लाइट दे आई कोई नहीं घंटा डेढ़ हो गया घर जाने तो आई जाएगी मेरे हिसाब न। माशाला जी खूबसूरत सनसैट होने लगा नाल जी है ना बदल भी होने लगा चाह करो काले काले बदल आ गए ने मैं बकरियां लै गया हाँ चराने वास्ते क्योंकि चाचू तुम्हें पता तबीयत खराब है मतलब उन्होंने रेस्ट दिता मुकम्मल सारे काम जाना मैं ही करा दिया मतलब बकरियां चाड़ते हैं वो तो पट्ठे जेठे तो मैं पहला भी नाल वढ़ाना हाँ तो बकरियां जाना फिर मैं लैके आया हूँ बाहर खवाने भी आने रुझाने फिर वेखो कि तू लैके वापस जाने और लोगों दिया फसल चु निकलो बार नहीं तो लाई जाना मैं तानू कार ओ चिड़ी ओ चिड़ी उत्ते आना मैं चिड़ी उत्ते वेखो बकरी बैठी ओ बकरी उत्ते चिड़ी बैठी थी काली काली बकरी उत्ते काली चिड़ी ऐ जान अपनी जमीन है माशाल्लाह सारी इतने ज रहना मैं चारा गया इन्हों जी लेला राणा साहब का राणा साहब आ कुर्बानी लिए राणा साहब बड़ी फोन से मसरूफ ने लिफ्ट ही नहीं करा रहे वाह भाई वाह टाइम तकरीबन जो है ना 6:30 का हो गया ये भी मैं बकरियां कितने गायब हो गई मेरिया मैं बैग बैग यूज कर दिया बकरी कितने फरार हो गई मेरा चढ़ी झोड़े वड़ गई इन्हें कट के लियाना करा मैं बकरियां लिया के बांध दी ने लाइट है वे तो फिर जल्दी नहा के हो जाना मैं रिफ्रैश हूँ फिर जो है ना करिए डिनर शाम के डिनर में जो है ना तंदूरी रोटियां आलू तो गंढे नाल दूध मिलक बिस्मिल्लाह रहमान रहीम यम 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 फाइनली फिर तोड़ के रोटी हजम करके आ गया हूँ सोई है इंशाल्लाह मिलेंगे सुबह टाइम जो है ना 9:15 का हो गया फिलहाल फिर तो मैंने इजाज़त फ़कीर राना ऐसे दा कर चले मियाँ खुश रहो हम दुआ कर चले अल्लाह हाफिज़।